ਅਸੀਂ ਗੁਰਮਰਿਆਦਾ ਦੇ ਤਹਿਤ ਸਾਰੇ ਮੱਥਾ ਟੇਕਣ ਆਏ ਸੀ। ਜਨਮ ਭੂਮੀ ਹੈ ਮੁਕਤਸਰ ਦੇ ਹਸਪਤਾਲ ਊਸ਼ਾ ਗੁਪਤਾ ਦੇ ਪੈਦਾ ਹੋਇਆ ਸੀ ਰਾਜਾ ਵੜੇ। ਸੋ ਬਾਬਾ ਜੀ ਦਾ ਆਸ਼ੀਰਵਾਦ ਹੈ, 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ, ਉੱਥੇ ਨਤਮਸਤਕ ਹੋਣ ਵਾਸਤੇ ਆਏ। ਸੋ ਬਹੁਤ ਚਾਅ ਹੈ ਲੋਕਾਂ 'ਚ, ਬਹੁਤ ਪਿਆਰ ਹੈ, ਬਹੁਤ ਲੋਕਾਂ ਨੇ ਆਸ਼ੀਰਵਾਦ ਦਿੱਤਾ। ਔਰ ਇਹ ਮੁਕਤਸਰ ਅਤੇ ਗਿੱਦੜਵਾ ਦੇ ਲੋਕਾਂ ਦੀ ਬਦੌਲਤ ਹੈ ਕਿ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਸਾਨੂੰ ਹੋਈ। 72 ਘੰਟਿਆਂ 'ਚ 3 ਹਮਲੇ ਜੰਮੂ ਕਸ਼ਮੀਰ 'ਚ, ਸਰਕਾਰ ਬਣ ਗਈ, ਕਿਵੇਂ ਵੇਖਦੇ ਹੈਗੇ? ਦੇਖੋ ਸਰਕਾਰ ਬਣ ਗਈ ਹੈ, ਲੇਕਿਨ ਸਰਕਾਰ ਦੀ ਕਿਸੇ ਨੂੰ ਖੁਸ਼ੀ ਨਹੀਂ ਹੋਈ ਹੈ, ਕਿਉਂਕਿ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀਗੀ। ਔਰ ਜਿਸ ਪ੍ਰਕਾਰ ਧਨ ਦਾ ਬਲ ਦਾ ਇਸਤੇਮਾਲ ਕੀਤਾ ਗਿਆ, ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ, ਅਕਾਊਂਟ ਸੀਜ਼ ਕਰ ਦਿੱਤੇ ਗਏ, ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ। ਚਰਨ ਸੀਮਾ 'ਤੇ ਬੇਰੁਜ਼ਗਾਰੀ ਹੈ, ਚਰਨ ਸੀਮਾ 'ਤੇ ਮਹਿੰਗਾਈ ਹੈ, ਔਰ ਦੇਸ਼ ਦੇ ਬਹੁਤ ਹਾਲਾਤ ਨਾਜ਼ੁਕ ਨੇ। ਔਰ ਤੁਸੀਂ ਜਿਸ ਤਰ੍ਹਾਂ ਕਿਹਾ, ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਬੰਦ ਤੋਂ ਬਾਅਦ ਹੋਏ ਹੈ, ਇਹਦੇ ਕੋਈ ਚੰਗੇ ਸੰਕੇਤ ਨਹੀਂ ਹੈ। ਔਰ ਮੈਂ ਆਸ ਕਰਦਾ ਕਿ ਹੁਣ ਜਿਹੜੀ ਚੁਣੀ ਹੋਈ ਸਰਕਾਰ ਹੈ ਇਹ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ, ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ, ਦੇਸ਼ ਨੂੰ ਵੰਡਣਾ ਕਿਵੇਂ ਹੈ, ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ, ਸਿੱਖਾਂ ਨੂੰ ਅਲੱਗ ਕਰ ਦਿਓ, ਮੁਸਲਮਾਨਾਂ ਨੂੰ ਅਲੱਗ ਕਰ ਦਿਓ। ਇਸ ਪੰਜਾਬ ਦੇ ਅੰਦਰ ਬਹੁਤ ਵੱਡੇ ਦੁਖਾਂਤ ਹੋਏ, ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ। ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੰਡਣ ਦੀ ਕੋਸ਼ਿਸ਼ ਹੋਈ ਹੈ। ਅਯੋਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕਿ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸਾਂਝਾ ਹੈ। ਸੋ ਲੋਕਾਂ ਨੂੰ ਰਾਮ ਜੀ ਦੇ ਨਾਂ 'ਤੇ ਬੇਵਕੂਫ ਬਣਾਇਆ, ਅੰਤਿਮ ਸਮੇਂ 'ਤੇ ਬਹੁਤ ਸਾਰੇ ਲੱਡੂ ਵੰਡ ਦਿੱਤੇ ਗਏ ਕਿ ਪ੍ਰਸ਼ਾਦ ਆਇਆ ਅਯੋਧਿਆ 'ਚੋਂ, ਪਤਾ ਨਹੀਂ ਆਇਆ ਕਿ ਨਹੀਂ ਆਇਆ। ਔਰ ਰਾਮ ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ ਅਪਮਾਨ ਹੋਇਆ, ਥਾਂ ਥਾਂ 'ਤੇ ਝੰਡੇ ਲਾ ਦਿੱਤੇ ਗਏ, ਉਹ ਫਿਰ ਬਾਅਦ 'ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਫੋਟੋ ਹਾਂ ਸੀਗੀ। ਜਿਸ ਪ੍ਰਕਾਰ ਮੈਂ ਕਹਿੰਦਾ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ, ਇਹਦੇ ਤੋਂ ਕਦੇ ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ। ਸੋ ਮੈਂ ਆਸ ਕਰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿੰਦਾ, ਔਰ ਨਾਲ ਆਸ ਕਰਦਾ ਕਿ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਹਰ ਵਰਗ ਦੇ ਲਈ, ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ, ਮਜ਼ਦੂਰਾਂ ਲਈ, ਗਰੀਬਾਂ ਲਈ, ਵਪਾਰੀਆਂ ਲਈ ਕੰਮ ਕਰਨਗੇ। ਬਲਾਕ ਸਮਿਤੀ, ਪੰਚਾਇਤੀ, ਜ਼ਿਮਨੀ ਚੋਣਾਂ ਕੱਟਣੀ ਆ ਰਹੀਆਂ, ਕਿਵੇਂ ਦੇਖਦੇ ਹੋ, ਕਿਹੋ ਜਿਹੀ ਤਿਆਰੀ? ਇਹ ਤਾਂ ਚੱਲੀ ਜਾਣਾ ਜੀ ਸਿਲਸਿਲਾ, ਇੱਕ ਬਾਏ ਇਲੈਕਸ਼ਨ ਜਲੰਧਰ ਆ ਗਈ ਹੈ। ਸੋ ਮੈਨੂੰ ਲੱਗਦਾ ਕਿ ਉਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ, ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾਏ ਇਲੈਕਸ਼ਨ ਸੀ ਉਹ ਦੂਜਿਆਂ ਨਾਲ ਆ ਜਾਂਦੀ, ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੁਣਾਵ ਹੋਣੇ ਉਦੋਂ ਹੋ ਜਾਂਦਾ। ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾਂ ਦੀ ਤਰੱਕੀ ਵੀ ਰੁਕਦੀ ਹੈ, ਫਿਰ ਕੋੜ ਹੀ ਲੱਗਿਆ ਰਹਿੰਦਾ, ਇਸੇ ਉਲਝਣਾਂ 'ਚ ਹੀ ਰਹਿੰਦੇ ਹਾਂ ਕਿ ਅੱਜ ਉਹ ਚੁਣਾਵ ਆ ਗਿਆ, ਅੱਜ ਉਹ ਚੁਣਾਵ ਆ ਗਿਆ। ਸੋ ਕੋਈ ਗੱਲ ਨਹੀਂ, ਤਿਆਰ ਪਰ ਤਿਆਰ ਹੈ, ਫੌਜਾਂ ਮੈਦਾਨ ਦੇ ਵਿੱਚ ਹੈ। ਬਹੁਤ ਵੱਡਾ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਦਿੱਤਾ ਹੈ, 7 ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ, ਔਰ ਵੱਡੀ ਜਿੱਤ ਪ੍ਰਾਪਤ ਹੋਈ ਹੈ 2 ਸਰਕਾਰਾਂ ਦੇ ਖਿਲਾਫ। ਦਿੱਲੀ 'ਚ ਵੀ ਸਰਕਾਰ ਬੀਜੇਪੀ ਦੀ ਸੀ,
ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ, ਔਰ ਮੈਂ ਕਿਹਾ ਕਰਦਾ ਸੀ ਸਭ ਤੋਂ ਵੱਡਾ ਨੰਬਰ ਸਾਡਾ ਹੋਏਗਾ। ਔਰ ਸੱਚੇ ਪਾਤਸ਼ਾਹ ਨੇ ਕਈ ਵਾਰੀ ਮੂੰਹ 'ਤੇ ਸਰਸਵਤੀ ਬੈਠੀ ਹੁੰਦੀ ਹੈ, ਉਹਦੇ 'ਤੇ ਮੋਹਰ ਲਾਈ, 7 ਸੀਟਾਂ ਅਸੀਂ ਜਿੱਤ ਕੇ ਆਏ। ਗਿੱਦੜਵਾ ਜਿਮਨੀ ਚੌਂਕ ਆਪਦਾ ਇਲਾਕਾ, ਕਹਿੰਦੇ ਸੁਖਬੀਰ ਬਾਦਲ ਆ ਰਹੇ, ਕੋਈ ਆ ਜਾਏ ਜੀ, ਪਹਿਲਾਂ ਕਿਹੜਾ ਸੁਖਬੀਰ ਬਾਦਲ ਹਰਾ ਸਾਹਿਬ ਹੋਰਾਂ ਤੋਂ ਕਦੇ ਡਰੇ? ਦੇਖੋ ਗੱਲ ਇਹ ਹੈ, ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ। ਰਾਜਾ ਵੜਿੰਗ ਕਦੇ ਡਰਿਆ ਨਹੀਂ ਗਾ, ਬਾਬਾ ਜੀ ਦੀ ਕਿਰਪਾ ਕਰਨੀ ਹੈ। ਇਹ ਜਿਹੜਾ ਚੁਣਾਵੀ ਦੰਗਲ ਹੈ, ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ। ਜਿਵੇਂ ਹਾੜੀ ਸੌਣੀ ਹੁੰਦੀ ਹੈ, ਸਾਡਾ ਚੁਣਾਵ ਲੜਨਾ ਹੁੰਦਾ। ਸੋ ਕੋਈ ਆ ਜੇ ਜੀ, ਜਿਹਨੇ ਆਉਣਾ ਜੀ, ਸੱਦ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਪਰਮਾਤਮਾ ਗੁਰੂ ਘਰੇ ਖੜੇ ਆ, ਉੱਚੇ ਬੋਲ ਨਹੀਂ ਬੋਲਦੇ, ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਲਾਸਟ ਸਵਾਲ, ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ, ਤੁਸੀਂ ਆਪਦੇ ਚੇਂਜ ਵੀ ਬਹੁਤ ਕੀਤਾ। ਰਮਨੀਤ ਬਿੱਟੂ ਦੀ ਪਹਿਲੀ ਇੰਟਰਵਿਊ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਲੈਂਗੁਏਜ ਫੇਰ ਉਹੀ ਹੈ ਜਿਹੜੀ ਲੁਧਿਆਣੇ ਦੀ ਹੁੰਦੀ ਰਹੀ। ਰਮਨੀਤ ਬਿੱਟੂ ਨੂੰ ਪਰਮਾਤਮਾ ਬਲ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਕਿਉਂਕਿ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਵਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਨੀ ਹੈ। ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ, ਨੋਟ ਓਨਲੀ ਰਮਨੀਤ ਬਿੱਟੂ, ਕਿ ਤਾਲੀਮ ਤੇ ਤਹਿਜ਼ੀਬ ਆ ਗਈ ਤਾਂ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਲਿਆ ਤਾਂ ਸਭ ਕੁਛ ਮਿਲ ਗਿਆ। ਨਹੀਂ ਤਾਂ ਤੁਸੀਂ ਕਿਤੇ ਪਹੁੰਚ ਜਾਓ, ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ, ਤੁਸੀਂ ਮੰਤਰੀ ਬਣ ਜਾਓ, ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਓ, ਜੇ ਤਾਲੀਮ ਤੇ ਤਹਿਜ਼ੀਬ ਨਹੀਂ ਹੈ। ਔਰ ਹਮੇਸ਼ਾ ਕ੍ਰੋਧ ਲੈ ਕੇ ਫਿਰਦੇ ਹੋ, ਰਾਜਨੀਤੀ ਜਿਹੜੀ ਹੈ ਕ੍ਰੋਧੀ ਲੋਕਾਂ ਦੇ ਵਾਸਤੇ ਨਹੀਂ, ਉਹ ਹੋਰ ਮੈਦਾਨ ਹੈ। ਰਾਜਨੀਤੀ ਠੰਡੇ ਮਤੇ ਦੇ ਨਾਲ ਸੋਚ ਸਮਝ ਕੇ, ਆਪਦੇ ਦੁਸ਼ਮਣ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਲੜਿਆ ਉਹਦਾ ਵੀ ਮਾੜਾ ਨਹੀਂ ਕਰਨਾ, ਕਿਸ ਪ੍ਰਕਾਰ ਅੱਗੇ ਚੱਲਣਾ। ਮੇਰਾ ਖਿਆਲ ਰਾਜਨੀਤੀ 'ਚ ਉਹੀ ਲੋਕ ਕਾਮਯਾਬ ਹੋਏ ਹੈ, ਕ੍ਰੋਧ ਤੇ ਗੁੱਸੇ ਦੀ ਰਾਜਨੀਤੀ 'ਚ ਕੋਈ ਜਗ੍ਹਾ ਨਹੀਂ।